ਜਿੱਥੇ ਮੈਂ ਅੱਜ ਸਮੂਹ ਸੰਗਤ ਦੇ ਰੂਪ ਰੂਹ ਹੋ ਰਿਆਂ ਉਥੇ ਨਾਲ-ਨਾਲ ਇਹ ਵਿਸ਼ੇਸ਼ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਤਕਾਰਯੋਗ ਸਿੰਘ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਸਮੂਹ ਟਕਸਾਲ ਦਲਾ ਪੰਥਾਂ ਨਾਨਕਸ ਰਾੜਾ ਸਾਹਿਬ ਤੇ ਹੋਰ ਸੰਪਰਦਾਵਾਂ ਦੇ ਮੁਖੀ ਸਜਣਾ ਤੇ अनेका ਹੀ ਜਿੰਮੇਵਾਰ ਪ੍ਰਚਾਰਕਾਂ ਤੇ ਗੁਰਮਤ ਨੂੰ ਸਮਰਪਤ ਜੋ ਬੁੱਧੀਜੀਵੀ ਨੇ ਵਿਦਵਾਨ ਨੇ ਉਹਨਾਂ ਦੇ ਮੈਂ ਸਾਹਮਣੇ ਨਿਮਾਨ ਜਿਹਾ ਸਿੱਖ ਵਜੋਂ ਕੁਝ ਬੇਨਤੀਆਂ ਸਾਂਝੀਆਂ ਕਰਨ ਲੱਗਿਆ ਹਾਂ ਜਿਹੜੇ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਪੰਥ ਦੇ ਵਿੱਚ ਅੱਜ ਬਹੁਤ ਸੀ ਵੱਡੇ ਪੱਧਰ ਤੇ ਬੇਪਰੋਸਗੀ ਦਾ ਤੇ ਅਰਚਕਤਾ ਦਾ ਮਾਹੌਲ ਬਣਿਆ ਹੋਇਆ ਹੈ ਇਹਦੇ ਪਿੱਛੇ ਕਈ ਕਾਰਨ ਨੇ ਇੱਕ ਤਾਂ ਜੋ ਸਾਰੇ ਆਪਾਂ ਭਲੀ ਭਾਂਤ ਜਾਣਦੇ ਹਾਂ ਕਿ ਇੰਡੀਅਨ ਸਟੇਟ ਦੀਆਂ ਜੋ ਏਜੰਸੀਸ ਨੇ ਉਹਨਾਂ ਨੇ ਪੰਥ ਦੇ ਵਿੱਚ ਪੂਰੀ ਤਰ੍ਹਾਂ ਕੁਸਪੈਟ ਕੀਤੀ ਹੋਈ ਹੈ ਦੂਸਰਾ ਜੋ ਸਿੱਖੀ 'ਤੇ ਸਵਿਚ ਵਿਚਰ ਰਹੇ ਟਡਰੀਆਂ ਵਾਲੇ ਪੰਥਪ੍ਰੀਤ ਧੁੰਦਾ ਮਾਂਜੀ ਵਰਗੇ ਹੋਰ ਵੀ ਕਈ ਅਨੇਕਾਂ ਬੇਈਮਾਨ ਪ੍ਰਚਾਰਕ ਉਹਨਾਂ ਦੀ ਜਿਹੜੀ ਖੋਟੀ ਨੀਅਤ ਹੈ ਉਹਦੇ ਕਰਕੇ ਤੀਸਰੇ ਨੰਬਰ ਤੇ ਰਾਜਨੀਤਿਕ ਆਗੂਆਂ ਦਾ ਜੋ ਸੱਤਾ ਵਾਸਤੇ ਪਿਆਰ ਹੈ ਉਹਦੇ ਪ੍ਰਾਪਤ ਕਰਨ ਵਾਸਤੇ ਸੱਤਾ ਨੂੰ ਪ੍ਰਾਪਤ ਕਰਨ ਵਾਸਤੇ ਸਿਧਾਂਤਾਂ ਨੂੰ ਜੋ ਛਕੇ ਟੰਕ ਕੇ ਜੋ ਰੁਝਾਨ ਹੈ ਉਹ ਵਾਲਾ ਇੱਕ ਅਲੱਗ ਕਾਰਨ ਹੈ ਇਸ ਬੇਪਰੋਸਗੀ ਦਾ ਤੇ ਚੌਥੇ ਨੰਬਰ ਤੇ ਸਿੱਖ ਸੰਗਤ ਦਾ ਵਿਸਲਾਪੁਣਾ ਜੋ ਕਿ ਪਦਾਰਥਵਾਦ ਦੇ ਸ਼ਿਕਾਰ ਹੋਣ ਸਦਕਾ ਜੋ ਮੈਨੂੰ ਮਹਿਸੂਸ ਹੁੰਦਾ ਹੈ ਅੱਜ ਜੋ ਪੰਜ ਨੂੰ ਦਰਪੇਸ਼ ਮੁੱਖ ਮਸਲਾ ਹੈ ਉਹ ਭਾਈ ਰਣਜੀਤ ਸਿੰਘ ਢਡਰੀਆਂ ਵਾਲਿਆਂ ਵੱਲੋਂ ਛੇੜੀ ਸਿੱਖ ਇਤਿਹਾਸ ਨੂੰ ਸਿੱਖ ਪਰੰਪਰਾਵਾਂ ਤੇ ਸਿੱਖ ਰਵੈਤਾਂ ਦੇ ਵਿਰੁੱਧ ਜੋ جنگ ਜੋ ਛੇੜੀ ਹੋਈ ਹੈ ਉਹ ਹੈ ਤੇ ਵੱਡਾ ਸਵਾਲ ਜੋ ਹਰ ਸਿੱਖ ਦੇ ਮਨ ਵਿੱਚ ਹੈ ਕਿ ਇਸ ਜੰਗ ਨੂੰ ਆਪਾਂ ਕਿੰਨੀ ਦੇਰ ਤੱਕ ਆਪਾਂ ਬਰਦਾਸ਼ਤ ਕਰਨਾ ਹੈ ਕਿੰਨੀ ਕਿ ਸੈਨਸ਼ੀਲਤਾ ਸੈਨਸ਼ੀਲਤਾ ਹੈ ਤੇ ਕਿੱਥੇ ਉਹ ਹੱਦ ਹੈ ਉਹ ਸੈਨਸ਼ੀਲਤਾ ਦੀ ਅੱਜ ਬਹੁਤ ਇੱਕ ਜ਼ਰੂਰੀ ਲੋੜ ਹੈ ਪੰਥ ਦੇ ਸਾਹਮਣੇ ਕਿ ਅਸੀਂ ਕੋਸ਼ਿਸ਼ ਇੱਕ ਦ੍ਰਿੜ ਫੈਸਲੇ ਲਈਏ ਤੇ ਉਹਨਾਂ ਤੇ ਖੜੀਏ ਕਿਉਂਕਿ ਜੇ ਨਾ ਲਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੇ ਸਾਨੂੰ ਕਦਾਚਿਤ ਮਾਫ਼ ਨਹੀਂ ਕਰਨਾ ਇਹ ਵੀ ਸਮਝਣ ਦੀ ਲੋੜ ਹੈ ਕਿ ਇਹ ਕੋਈ ਦੋ ਧੜਿਆਂ ਦੀ ਕੋਈ ਲੜਾਈ ਨਹੀਂ ਹੈ ਕੋਈ ਧੜਿਆਂ ਦਾ ਝਗੜਾ ਨਹੀਂ ਹੈ ਬਲਕਿ ਸਮੁੱਚੇ ਪੰਥ ਦੇ ਵਿਰੁੱਧ ਨਾਸਤਿਕ ਟੋਲੇ ਦਾ ਐਲਾਨੇ ਜੰਗ ਹੈ ਇਹਨੂੰ ਆਪਾਂ ਅੱਜ ਸਮਝ ਲਈਏ ਇਹਨੂੰ ਆਪਾਂ ਕੱਲ ਸਮਝ ਲਈਏ ਇਸ ਨਾਸਤਿਕ ਟੋਲੇ ਦੇ ਵਿੱਚ ਆਪਾਂ ਸਾਰੇ ਪਲੀ ਪੰਥ ਜਾਣਦੇ ਆਂ ਧੜੜੀਆਂ ਵਾਲਾ ਪਹਿਲੀ ਕਤਾਰ ਵਿੱਚ ਖੜਾ ਹੈ ਪਰ ਇਹ ਨਾ ਕਦੇ ਭੁੱਲਿਆ ਜਾਵੇ ਕਿ ਇਸ ਹੀ ਇਹਨਾਂ ਦੇ ਟੋਲੇ ਵਿੱਚ ਪੰਤ ਪ੍ਰੀਤ ਵਰਗੇ ਧੁੰਦੇ ਵਰਗੇ ਮਾਝੀ ਵਰਗੇ ਭਾਵੇਂ ਅੱਜ ਸਾਹਮਣੇ ਨਹੀਂ ਦਿਸਦੇ ਬਾਲਾ ਪਰ ਇਹ ਪੂਰੀ ਤਰ੍ਹਾਂ ਉਹਦੇ ਨਾਲ ਨੇ ਤੇ ਇਹਨਾਂ ਨੇ ਰਲ ਕੇ ਪੰਥ ਦੇ ਵਿਰੁੱਧ ਇਹ ਮੂਹਮ ਜੋ ਛੇੜੀ ਹੋਈ ਹੈ ਇਹਨਾਂ ਦੇ ਨਾਲ-ਨਾਲ ਕੁਝ ਬੇਈਮਾਨ ਮਤ ਦੇ ਬੁੱਧੀ ਜੀ ਵੀ ਵੀ ਨੇ ਅੱਜ ਸਮੁੱਚੇ ਪੰਥ ਦੇ ਵਿੱਚ ਇੱਕ ਬਹੁਤ ਹੀ ਮੈਂ ਕਹਾਂ ਕਿ ਇੱਕ ਤਸੱਲੀ ਵਾਲੀ ਇਕ ਲਹਿਰ ਵੀ ਚੱਲ ਰਹੀ ਹੈ ਤੇ ਉਹਦਾ ਕਾਰਨ ਹੈ ਜਥੇਦਾਰ ਸਿੰਘ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਵੱਲੋਂ ਚੁੱਕੇ ਕੁਝ ਚੰਗੇ ਕਦਮਾਂ ਕਰਕੇ ਜੋ ਉਹਨਾਂ ਨੇ ਪਹਿਲ ਕਦਮੇ ਕੀਤੀ ਹੈ ਬਹੁਤ ਹੀ ਸਿਹਰਤਾ ਦੇ ਨਾਲ ਉਹਦੇ ਕਰਕੇ ਸਿੱਖਾਂ ਦੇ ਵਿੱਚ ਇੱਕ ਥੋੜੀ ਜਿਹੀ ਤਸੱਲੀ ਵਾਲੀ ਲਹਿਰ ਵੀ ਪਰਫੁੱਲਤ ਹੈ ਅੱਜ ਜਿੱਥੇ ਅਸੀਂ ਉਹਨਾਂ ਦੀ ਉਹਨਾਂ ਵੱਲੋਂ ਚੁੱਕੇ ਇਹਨਾਂ ਕਦਮਾਂ ਦੀ ਅਸੀਂ ਤਾਰੀਫ਼ ਕਰਦੇ ਹਾਂ ਸ਼ਲਾਘਾ ਕਰਦੇ ਹਾਂ ਉੱਥੇ ਨਾਲ ਨਾਲੇ ਸਾਡੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਅਸੀਂ ਉਹਨਾਂ ਦੇ ਨਾਲ ਖੜੀਏ ਤੇ ਨਾਲ ਖੜੇ ਨਾ ਹੋਈਏ ਪਰ ਉਹਨਾਂ ਦੇ ਨਾਲ ਨਾਲ ਅਸੀਂ ਉਹਨਾਂ ਨੂੰ ਜੋ ਸੁਝਾਅ ਨੇ ਉਹ ਵੀ ਆਪਾਂ ਆਪਣੇ ਦਈਏ ਮੈਂ ਇਸ ਮੌਕੇ ਤੇ ਇਹ ਵੀ ਮੈਂ ਸਿੰਘ ਸਾਹਿਬ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਪਹਿਲ ਕਦਮੀ ਕਰਕੇ ਜੋ ਹੈਰੀਟੇਜ ਸਟਰੀਟਸ ਦੇ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਨੂੰ ਜਾਣ ਵਾਲੇ ਰਸਤੇ ਤੇ ਜੋ ਨਚਾਰਾਂ ਦੇ ਜੋ ਬੁੱਤ ਲੱਗੇ ਸੀ ਉਹਨਾਂ ਨੂੰ ਜੋ ਹਟਵਾਉਣ ਵਿੱਚ ਜੋ ਉਹਨਾਂ ਨੇ ਪਹਿਲ ਕਦਮੀ ਕੀਤੀ ਉਹ ਇੱਕ ਬਹੁਤ ਹੀ ਚੰਗਾ ਕਦਮ ਸੀ ਤੇ ਨਾਲ ਹੀ ਜੋ ਉਹਨਾਂ ਬੱਚਿਆਂ ਨੂੰ ਨੌਜਵਾਨਾਂ ਨੂੰ ਜਿਨ੍ਹਾਂ ਨੇ ਆਪਣੇ ਗੁੱਸੇ ਦਾ اظہار ਕਰਦਿਆਂ ਉਹਨਾਂ ਬੁਤਾਂ ਦੇ ਥੱਲੇ ਜੋ ਪੈਡਸਟਲ ਸੀ ਉਹਨਾਂ ਨੂੰ ਜੋ ਥੋੜਿਆ ਸੀ ਪੰਨਿਆ ਸੀ ਸੋ ਉਹਨਾਂ ਦੀ ਜੇਲ੍ਹ ਚੋਂ ਰਿਹਾਈ ਵਾਸਤੇ ਜੋ ਉਹਨਾਂ ਨੇ ਕਦਮ ਚੁੱਕੇ ਉਹ ਬਹੁਤ ਚੰਗੇ ਸੀ ਤੇ ਸਾਨੂੰ ਆਸ ਹੈ ਕਿ ਗਾਂ ਵੀ ਤੁਸੀਂ ਇਸੇ ਤਰ੍ਹਾਂ ਹੀ ਜੋ ਪੰਥ ਨੂੰਦਰ ਪ੍ਰੇਸ਼ਟਨ ਹੁੰਦੀਆਂ ਨੇ ਖਾਸ ਕਰਕੇ ਛੱਡੀਆਂ ਵਾਲੇ ਦੇ ਮਸਲੇ ਦੇ ਵਿੱਚ ਤੇ ਹੋਰ ਅਨੇਕਾ ਜੋ ਮਸਲੇ ਨੇ ਉਹਨਾਂ ਵਿੱਚ ਤੁਸੀਂ ਬਹੁਤ ਹੀ ਚੰਗਾ ਜੋ ਹੈ ਰੋਲ ਹੈ ਉਹ ਤੁਸੀਂ ਨਿਭਾਉਂਗੇ ਅੱਜ ਜੋ ਮੈਂ ਕੁਝ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਉਹ ਉਸ ਇੱਕ ਪ੍ਰੈਸ ਕਾਨਫਰੰਸ ਬਾਬਤ ਵੀ ਹੈ ਜੋ ਚੰਡੀਗੜ੍ਹ ਦੇ ਵਿੱਚ ਕੋਈ ਚਾਰਕ ਬੁੱਧੀਜੀਵੀਆਂ ਨੇ ਰਲ ਕੇ ਪਿੱਛੇ ਜੇ ਕੁਝ ਦਿਨ ਪਹਿਲਾਂ ਜੋ ਸੰਬੋਧਨ ਕੀਤੀ ਇਸ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨ ਵਾਲਿਆਂ ਦੇ ਵਿੱਚ ਚਾਰ ਸੱਜਣ ਸੀਗੇ ਉਹਨਾਂ ਵਿੱਚ ਸਰਦਾਰ ਜਸਪਾਲ ਸਿੰਘ ਸਿੱਧੂ ਪ੍ਰੋਫੈਸਰ ਮਨਜੀਤ ਸਿੰਘ ਹੋਣੀ ਦੇ ਨਾਲ ਹੀ ਗੁਰਦਰਸ਼ਨ ਢਿੱਲੋਂ ਤੇ ਜੋ ਹਿਸਟਰੀ ਦਾ ਪ੍ਰੋਫੈਸਰ ਰਿਟਾਇਰ ਹੋਇਆ ਪੰਜਾਬ ਯੂਨੀਵਰਸਿਟੀ ਤੋਂ ਕੁ ਕਿਤਾਬਾਂ ਵੀ ਲਿਖੀਆਂ ਤੇ ਨਾਲ ਹੀ ਸਰਦਾਰ ਗੁਰਤੇਜ ਸਿੰਘ ਆਈਐਸ ਉਹਨਾਂ ਨੇ ਵੀ ਬਹੁਤ ਕੁਸ਼ ਕਿਤਾਬਾਂ ਵੀ ਲਿਖੀਆਂ ਨੇ ਕੁਝ ਸਮਾਪੁਰਖਾਂ ਦੇ ਵੇਲੇ ਦੀਆਂ ਸਮਾਪੁਰਖਾਂ ਦੀ ਜੀਵਨੀ ਤੇ ਵੀ ਉਹਨਾਂ ਨੇ ਕੁਝ ਕਿਤਾਬਾਂ ਲਿਖੀਆਂ ਨੇ ਤੇ ਹੋਰ ਵੀ ਉਹ अनेਕਾਂ ਜੋ ਲੇਖ ਨੇ ਸਮੇਂ-ਸਮੇਂ ਸਰ ਲਿਖਦੇ ਰਹਿੰਦੇ ਨੇ ਫੇਸਬੁੱਕ ਤੇ ਕਾਫੀ ਐਕਟਿਵ ਵੀ ਰਹਿੰਦੇ ਨੇ ਇਹਨਾਂ ਚਾਰਾਂ ਸਜਣਾ ਨੇ ਆਪਣੇ ਆਪ ਨੂੰ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਵਕੀਲ ਵੱਜੋਂ ਪੇਸ਼ ਕੀਤਾ ਹੈ ਚਲੋ ਮੈਂ ਸਰਦਾਰ ਜਸਪਾਲ ਸਿੰਘ ਹੁਣਾਂ ਨੂੰ ਤੇ ਮਜੀਦ ਸਿੰਘ ਹੁਣਾਂ ਨੂੰ ਤੇ ਸ਼ਾਇਦ ਚੰਗੀ ਤਰ੍ਹਾਂ ਬਹੁਤਾ ਨਹੀਂ ਜਾਣਦਾ ਪਰ ਮੈਂ ਇਹਨਾਂ ਦਾ ਸਤਿਕਾਰ ਕਰਦਾ ਬੜੀ ਚੰਗੀ ਇਹ ਸੋਚ ਰੱਖਦੇ ਨੇ ਇਸ ਮਸਲੇ ਤੇ ਨਹੀਂ ਢੱਡਰੀਆਂ ਵਾਲੇ ਤੇ ਮਸਲੇ ਤੇ ਨਹੀਂ ਪਰ ਬਾਕੀ ਹੋਰ ਪੰਥਕ ਮਸਲਿਆਂ ਤੇ ਜੋ ਇਹਨਾਂ ਵੀ ਮੈਂ ਇਹਨਾਂ ਨੂੰ ਸੁਣਿਆ ਇਹਨਾਂ ਨੇ ਚੰਗੀ ਗੱਲ ਕੀਤੀ ਹੈ ਪਰ ਪੰਥ ਦੇ ਸਾਹਮਣੇ ਗੁਰਤੇਜ ਸਿੰਘ ਯੂਐਸ ਤੇ ਗੁਰਦਰਸ਼ਨ ਢਿੱਲੋਂ ਬਾਰੇ ਮੈਂ ਜ਼ਰੂਰ ਵਿਸਥਾਰ ਨਾਲ ਕੁਝ ਦੱਸਣਾ ਚਾਹੁੰਦਾ ਅਗੁਰਦੇਸ਼ ਸਿੰਘ ਆਈਐਸ ਭਾਵੇਂ ਆਪਣੇ ਆਪ ਨੂੰ ਕਿਸੇ ਸਮੇਂ ਸੰਤ ਗੈਨੀ ਜਰਨੈਲ ਸਿੰਘ ਖਾਲਸਾ ਜੀ ਦਾ ਬਹੁਤ ਹੀ ਨਿਕਟ ਵਰਤੀ ਸਮਝਦਾ ਸੀ ਆਪਣੇ ਆਪ ਨੂੰ ਸਲਾਹਕਾਰ ਵੀ ਦੱਸਦਾ ਰਿਹਾ ਤੇ ਨਾਲ ਨਾਲ ਸਰਦਾਰ ਕਪੂਰ ਸਿੰਘ ਆਈਸੀਐਸ ਉਹਨਾਂ ਦਾ ਉੱਤਰ ਅਧਿਕਾਰੀ ਵੀ ਆਪਣੇ ਆਪ ਨੂੰ ਇੱਕ ਸਮਝਦਾ ਤੇ ਦੱਸਦਾ ਰਿਹਾ ਪਰ ਇਹ ਵੀ ਯਾਦ ਰਹੇ ਕਿ ਇਹ ਉਹੀ ਬੰਦਾ ਹੈ ਜੋ ਇੱਕ ਸਮੇਂ ਤੇ ਜੋ ਗੁਰਬਖਸ਼ ਸਿੰਘ ਕਾਲਾਫгана ਜਿਨੇ ਇਹ ਸਾਰੀ ਮਹਿੰਮ ਦਾ ਜੋ ਜੜ ਹੈ ਉਹਨੂੰ ਇਹਨੇ ਪੂਰਾ ਸਮਰਥਨ ਦਿੱਤਾ ਇਥੇ ਸਾਡੇ ਪ੍ਰਾਂਤ ਕੈਲੀਫੋਰਨੀਆ ਦੇ ਵਿੱਚ ਆ ਕੇ ਇਹਨੂੰ ਵੱਖਰੇ ਵੱਖਰੇ ਗੁਰਦੁਆਰਿਆਂ ਦੇ ਵਿੱਚ ਬੁਲਵਾਇਆ 골ਡ ਮੈਡਲ ਨਾਲ ਸਨਮਾਨਿਤ ਕੀਤਾ ਤੇ ਜਦੋਂ ਕਾਲੇ ਅਫਗਾਨੇ ਦੇ ਵਿਰੁੱਧ ਕਾਰਵਾਈ ਹੋਣੀ ਸ਼ੁਰੂ ਹੋਈ ਤੇ ਉਹਦਾ ਵੀ ਇਹ ਵਕੀਲ ਬਣ ਕੇ ਸਾਹਮਣੇ ਪੇਸ਼ ਹੋਇਆ ਇੰਨਾ ਹੀ ਨਹੀਂ ਕਾਲਾ ਅਫਗਾਨਾ ਤਾਂ ਛੇਕਿਆ ਗਿਆ ਅਗਲਾ ਜੋ ਇਸ ਮਹਿੰਮ ਦੇ ਵਿੱਚ ਮੋਢੀ ਆਇਆ ਉਸੇ ਦਰਸ਼ਨ ਰਾਗੀ ਦਰਸ਼ਨ ਰਾਗੀ ਦੇ ਨਾਲ ਵੀ ਇਹ ਹਮੇਸ਼ਾ ਫਿਰਦਾ ਰਿਹਾ ਉਹਦੇ ਨਾਲ ਇਹਨੇ ਗੁਰਦੁਆਰਾ ਕਾਬਗੰਜ ਸਾਹਿਬ ਦਿੱਲੀ ਦੇ ਵਿੱਚ ਕਈ ਮੀਟਿੰਗਾਂ ਵੀ ਕੀਤੀਆਂ ਨੇ ਸੰਗਤ ਨੂੰ ਸੰਬੋਧਨ ਵੀ ਕੀਤਾ ਹੈ ਤੇ ਜਦੋਂ ਉਹਨੂੰ ਛੇਕਣਾ ਸੀ ਤੇ ਉਹਦਾ ਵੀ ਵਕੀਲ ਬਣ ਕੇ ਸਾਹਮਣੇ ਆਇਆ ਸੋ ਇਹ ਕਹਿ ਲਵੋ ਕਿ ਜਿਹੜੀ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਖਿਲਾਫ ਜਿੰਨਾ ਵੀ ਇਹ ਟੋਲ ਹੈ ਜਿਹੜੀ ਇਹ ਲੌਬੀ ਹੈ ਉਹਦਾ ਇਹ ਮੁਖ ਸੰਚਾਲਕ ਹੈ ਤੇ ਅੱਜ ਇਹ ਰਣਜੀਤ ਸਿੰਘ ਢੱਡੀਆਂ ਵਾਲਿਆਂ ਦਾ ਵਕੀਲ ਬਣ ਕੇ ਸਾਹਮਣੇ ਆਇਆ ਤੇ ਇਹਦੀ ਇਮਾਨਦਾਰੀ ਨੂੰ ਤੁਸੀਂ ਇਹ ਬੜੀ ਚੰਗੀ ਤਰ੍ਹਾਂ ਸਮਝ ਸਕਦੇ ਹੋ ਵੀ ਇਹ ਕਿੱਥੋਂ ਬੋਲ ਰਿਹਾ ਹੈ ਅਗਲਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਗੁਰਦਰਸ਼ਨ ਸਿੰਘ ਢਿੱਲੋਂ ਬਾਰੇ ਪ੍ਰੋਫੈਸਰ ਰਿਟਾਇਰ ਹੋਏ ਨੇ ਆਮ ਇਹ ਕਿਹਾ ਜਾਊਗਾ ਕਿ ਵੀ ਇਹ ਜੇ ਬੁੱਧੀ ਜੀਵੀਆਂ ਦੀ ਕੌਮ ਨੂੰ ਬਹੁਤ ਲੋੜ ਹੈ ਪਰ ਗੁਰਦਰਸ਼ਨ ਸਿੰਘ ਢਿੱਲੋਂ ਤੋਂ ਜਿੰਨਾ ਵੀ ਦੂਰ ਰਿਹਾ ਜਾਵੇ ਉਹਨਾਂ ਹੀ ਥੋੜਾ ਹੈ ਇਹ ਉਹ ਬੰਦਾ ਹੈ ਜਿਹਨੂੰ ਜੇ ਆਪਾਂ ਇਹ ਕਹੀਏ ਵੀ ਸਰਟੀਫਾਈਡ ਇੰਡੀਅਨ ਗਵਰਨਮੈਂਟ ਦਾ ਏਜੰਟ ਹੈ ਤੇ ਉਹ ਉਹ ਬੰਦਾ ਹੈ ਤੁਹਾਨੂੰ ਇਸ ਗੱਲ ਨੂੰ ਜਾਣ ਕੇ ਕੋਹ ਹਰਾਨੇ ਨਹੀਂ ਹੋਵੇਗੀ ਕਿ 1983 ਜੂਨ ਕੱਲੂ ਘਾਰੇ ਤੋਂ ਸਾਲ ਪਹਿਲਾਂ ਇਹ ਅਮਰੀਕਾ ਆਇਆ ਇਹਦੇ ਨਾਲ ਮੇਜਰ ਜਨਰਲ ਜਸਵੰਤ ਸਿੰਘ ਭੁੱਲਰ ਉਹ ਵੀ ਆਇਆ ਤੇ ਨਾਲ ਇਹਨਾਂ ਦੇ ਪ੍ਰੋਫੈਸਰ ਮਨਜੀਤ ਸਿੰਘ ਸਿੱਧੂ ਜੋ ਕਿਸੇ ਸਮੇਂ ਅਨੰਤਪੁਰ ਸਾਹਿਬ ਕੇਸਗੜ੍ਹ ਸਾਹਿਬ ਦਾ ਜਥੇਦਾਰ ਵੀ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਦਾ ਐਕਟਿੰਗ ਜਥੇਦਾਰ ਵੀ ਰਿਹਾ ਇਹਨਾਂ ਦੇ ਨਾਲ ਇੱਕ ਚੌਥਾ ਬੰਦਾ ਹੋਰ ਇਹ ਚਾਰੇ ਬੰਦੇ ਅਮਰੀਕਾ ਕਲੂਕਾਰੇ ਤੋਂ ਪਹਿਲਾਂ ਪਹੁੰਚ ਜਾਂਦੇ ਨੇ ਤੇ ਇੱਥੇ ਪਹੁੰਚ ਕੇ ਮੇਜਰ ਜਨਰਲ ਜਸਵੰਤ ਸਿੰਘ ਭੁੱਲਰ ਦੇ ਨਾਲ-ਨਾਲ ਇਹ ਗੁਰਦੁਆਰਿਆਂ ਦੇ ਸਟੇਜਾਂ ਤੇ ਜਾ ਕੇ ਸੰਬੋਧਨ ਕਰਦਾ ਹੈ ਤੇ ਇਹ ਦੱਸਦਾ ਆਪਣੇ ਆਪ ਨੂੰ ਕਿ ਮੈਂ ਸੰਤ ਕੈਣੀ ਜਰਨੈਲ ਸਿੰਘ ਹੋਣਾ ਦਾ ਖਾਸ ਸੁਨੇਹਾ ਤੁਹਾਨੂੰ ਲੈ ਕੇ ਆਇਆ ਮੇਜਰ ਜਰਨਲ ਜਸਵੰਤ ਸਿੰਘ ਭੁੱਲਰ ਆਪਣੇ ਆਪ ਨੂੰ ਇਹ ਦੱਸਦਾ ਹੈ ਕਿ ਮੈਂ ਜਰਨਲ ਸੁਬੇਕ ਸਿੰਘ ਹੋਣਾ ਦੇ ਨਾਲ ਸਾਰੀ ਉੱਥੇ ਘੇਰਾਬੰਦੀ ਕਰਕੇ ਆਇਆ ਤੇ ਜਦੋਂ ਉੱਥੇ ਘੱਲੂਕਾਰਾ ਜਦੋਂ ਵਾਪਰਦਾ ਹੈ ਤੇ ਉਦੋਂ ਇਹ ਲੋਕੀ ਸਟੇਜ ਤੇ ਐਦਾਂ ਸਾਹਮਣੇ ਆਉਂਦੇ ਨੇ ਤੇ ਇਹਨਾਂ ਦੀ ਡਿਊਟੀ ਇੱਕ ਹੁੰਦੀ ਹੈ ਵੀ ਜਿੰਨੇ ਵੀ ਸਿਹਰਦ ਸਿੱਖ ਭਾਵਨਾ ਦਰਵਾਲੇ ਸਿੱਖ ਜੋ ਇਸ ਕੱਲੂਕਾਰੇ ਤੋਂ ਪ੍ਰਭਾਵਿਤ ਹੋ ਕੇ ਜੋ ਆਪਣਾ ਗੁੱਸਾ اظہار ਗੁੱਸੇ ਦਾ اظہار ਕਰ ਰਹੇ ਨੇ ਉਹਨਾਂ ਦੀ ਪਛਾਣ ਕੀਤੀ ਜਾਵੇ ਨਾਲ ਹੀ ਜੋ ਬੀਬੀਆਂ ਨੇ ਸਿੱਖ ਸੰਗਤਾਂ ਨੇ ਸ਼ਹੀਦਾਂ ਦੇ ਪਰਿਵਾਰਾਂ ਵਾਸਤੇ ਜੋ ਫੰਡ ਨੇ ਜੋ ਹੋਰ ਪੈਸੇ ਇਕੱਠੇ ਕਰਨੇ ਨੇ ਜੋ ਖਾਲਸਾਣ ਦੀ ਪ੍ਰਾਪਤੀ ਵਾਸਤੇ ਜੋ ਜੰਗ ਛੇੜਨੀ ਆ ਉਹਦੇ ਵਾਸਤੇ ਦਮੜਾ ਚਾਹੀਦਾ ਹੈ ਇਥੋਂ ਤੱਕ ਵੀ ਦੇਖਿਆ ਗਿਆ ਕਿ ਬੀਬੀਆਂ ਨੇ ਗੁਰਦੁਆਰਿਆਂ ਦੇ ਵਿੱਚੋਂ ਆਪਣੇ ਗਲਾਂ ਵਿੱਚ ਪਾਏ ਸੋਨੇ ਤੇ ਹਾਰ ਤੇ ਵਾਲੀਆਂ ਕੱਢ-ਕੱਢ ਕੇ ਵੀ ਇਹਨਾਂ ਨੂੰ ਸਾਹਮਣੇ ਦਿੱਤੀਆਂ ਨੇ ਤੇ ਸਾਰਾ ਪੈਸਾ ਲੈ ਕੇ ਗੁਰਦਰਸ਼ਨ ਸਿੰਘ ਢਿੱਲੋਂ ਤੇ ਜਸਵੰਤ ਸਿੰਘ ਭੁੱਲਰ ਇਸੋ ਰਫੂ ਚੱਕਰ ਹੋ ਜਾਂਦੇ ਐ ਇਸ ਗੱਲ ਦਾ ਵੇਰਵਾ ਤੁਸੀਂ ਸਰਦਾਰ ਗੁਰਤੇਜ ਸਿੰਘ ਆਈਐਸ ਨੂੰ ਬੜੀ ਚੰਗੀ ਤਰ੍ਹਾਂ ਤੁਸੀਂ ਪੁੱਛ ਉਹ ਤੁਹਾਨੂੰ ਦੱਸ ਸਕਦੇ ਆ ਪੂਰਾ ਵੇਰਵਾ ਉਹਨਾਂ ਨੇ ਆਪਣੇ ਲੇਖ ਵਿੱਚ ਇਸ ਗੱਲ ਦਾ ਜ਼ਿਕਰ ਵੀ ਕੀਤਾ ਹੈ ਗੁਰੂ ਪਿਆਰੀ ਸਾਧ ਸੰਗਤ ਜੀਓ ਜੇ ਤੁਹਾਨੂੰ ਮੇਰੀ ਗੱਲ ਤੇ ਵਿਸ਼ਵਾਸ ਨਹੀਂ ਆਉਂਦਾ ਤੇ ਤੁਸੀਂ ਸਰਦਾਰ ਗੁਰਮੀਤ ਸਿੰਘ ਔਲਖ ਜਿਨ੍ਹਾਂ ਨੇ ਖਾਲਸਾਣ ਦੀ ਪ੍ਰਾਪਤੀ ਵਾਸਤੇ ਆਪਣੀ ਆਖਰੀ ਦਮ ਤੱਕ ਲੜਾਈ ਲੜੀ ਹੈ ਉਹਨਾਂ ਦੇ ਵੀ ਬਚਨ ਜੜੇ ਆ ਤੁਹਾਨੂੰ ਕਿਸੇ ਨਾ ਕਿਸੇ ਸਿੰਘ ਨੇ ਇਹ ਕਮੈਂਟਾਂ ਦੇ ਵਿੱਚ ਪਾ ਦੇਣੇ ਆ ਉਨਾ ਤੋਂ ਤੁਹਾਨੂੰ ਸਾਰੀ ਗੱਲ ਦਾ ਵੇਰਵਾ ਪਤਾ ਲੱਗ ਸਕਦਾ ਕਿ ਮੇਜਰ ਜਨ ਜਸਵੰਤ ਸਿੰਘ ਭੁੱਲਰ ਤੇ ਉਹਦਾ ਜਿਹੜਾ ਸੱਜੀ ਬਾਹ ਇਹ ਗੁਰਦਵਾਰਸံ ਸਿੰਘ ਢਿੱਲੋਂ ਰਿਆ ਹੈ ਐਸਾ ਕੋਈ ਵੀ ਦਸਮ ਗ੍ਰੰਥ ਦੇ ਵਿਰੋਧੀਆਂ ਦਾ ਅਖਾੜਾ ਨਹੀਂ ਹੁੰਦਾ ਜਿੱਥੇ ਗੁਰਦਵਾਰਸੰਗ ਸਿੰਘ ਢਿੱਲੋਂ ਜਾ ਕੇ ਹਾਜ਼ਰੀ ਨਹੀਂ ਭਰਦਾ ਤੇ ਪੂਰੀ ਸ੍ਰੀ ਦਸਮ ਗ੍ਰੰਥ ਦੇ ਖਿਲਾਫ ਐਨ ਰੱਜ ਕੇ ਇਹ ਪੜਾਸ ਕੱਢਦਾ ਆਪ ਇਹਨੇ ਆਪਣਾ ਮੂੰਹ ਕਾਲਾ ਕੀਤਾ ਹੋਇਆ ਤਨਖਾਈ ਹੈ ਤੇ ਸਾਨੂੰ ਦੱਸਦਾ ਵੀ ਸਿੱਖੀ ਦੀ ਰਹਿਤ ਕਿੱਥੋਂ ਆਈ ਹੈ ਗੁਰੂ ਪਿਆਰੇ ਸਾਧ ਸੰਗਤ ਜੀਓ ਇਹਨਾਂ ਚਾਰਾਂ ਨੇ ਰਲ ਕੇ ਪੰਥ ਨੂੰ ਗੁੰਮਰਾਹ ਕਰਦਿਆਂ ਹੋਇਆਂ ਢੱਡਰੀਆਂ ਵਾਲੇ ਦਾ ਪੂਰਾ ਇਹ ਪੱਖ ਲੈਂਦਿਆਂ ਹੋਇਆਂ ਇਹ ਗੱਲ ਕੀਤੀ ਕਿ ਇਹ ਜੋ ਇਸ ਵੇਲੇ ਝਗੜਾ ਚੱਲ ਰਿਹਾ ਹੈ ਇਹ ਦੋ ਧਿਰਾਂ ਦਾ ਹੈ ਕਿ ਇੱਕ ਪਾਸੇ ਢੱਡਰੀਆਂ ਵਾਲਾ ਤੇ ਦੂਜੇ ਪਾਸੇ ਟਕਸਾਲ ਹੈ ਗੁਰੂ ਪਿਆਰੀ ਸਾਧ ਸੰਗਤ ਜੀਓ ਇਹਦੇ ਬਾਰੇ ਹੁਣ ਤੁਸੀਂ ਆਪ ਹੀ ਸੋਚੋ ਵੀ ਇਹ ਗੱਲ ਕਿੱਥੋਂ ਤੱਕ ਸੱਚ ਹੈ ਇਹਨਾਂ ਨੂੰ ਕੋਈ ਪੁੱਛੇ ਜਾ ਕੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਟਕਸਾਲ ਦੇ ਨੇ ਕਿ ਸਾਰੇ ਪੰਥ ਦੇ ਨੇ ਜੋ ਢੱਡਰੀਆਂ ਵਾਲਾ ਬਾਣੀ ਦੇ ਅਰਥਾਂ ਦੇ ਅਨਰਥ ਕਰ ਰਿਹਾ ਉਹ ਟਕਸਾਲ ਨੂੰ ਟਾਰਗੇਟ ਕਰ ਰਿਹਾ ਕਿ ਫੰਮੁਚੇ ਪੰਥ ਨੂੰ ਗੁਰਬਾਣੀ ਨੂੰ ਟਾਰਗੇਟ ਕਰ ਰਿਹਾ ਕਿ ਸ੍ਰੀ ਗੁਰਦਸਾਹ ਗ੍ਰੰਥ ਸਾਹਿਬ ਜੀ ਇਹ ਟਕਸਾਲ ਦੇ ਨੇ ਕਿ ਸਮੁੱਚੇ ਪੰਥ ਦੇ ਨੇ ਜਿਹੜਾ ਖੰਡੇ ਬਾਟੇ ਦੀ ਪਹਲ ਹੈ ਖੰਡੇ ਬਾਟੇ ਦਾ ਅੰਮ੍ਰਿਤ ਹੈ ਉਹ ਕੱਲੇ ਟਕਸਾਲ ਦਾ ਹੈ ਕਿ ਸਮੁੱਚੇ ਪੰਥ ਦਾ ਹੈ ਉਹ ਕਿਹਦੀ ਵਿਰਾਸਤ ਹੈ ਭਲਾ ਜਿਹਨੂੰ ਢੱਡਰੀਆਂ ਵਾਲਾ ਟਾਰਗੇਟ ਕਰ ਰਿਹਾ ਕਿ ਜੀ ਬਾਣੀ ਦੇ ਪਾਣੀ ਦੇ ਕੋਲੇ ਬਾਣੀ ਪੜ ਕੇ ਤੇ ਕੋਈ ਪ੍ਰਭਾਵ ਨਹੀਂ ਪੈਂਦਾ ਅਕੇ ਜੀ ਗੁਰੂ ਗ੍ਰੰਥ ਸਾਹਿਬ ਜੀ ਜਰੀਆ ਹੈ ਜੀ ਇਹ ਪਾਲਿਆ ਵੀ ਜਾਊਗਾ ਜੀ ਇਹ ਨਾਮਾ ਵੀ ਬਣੂਗਾ ਜੀ ਇਹ ਛਾਪਿਆ ਵੀ ਜਾਊਗਾ ਜੀ ਇਹ ਸਾੜਿਆ ਵੀ ਜਾਊਗਾ ਜੀ ਕੀ ਸਮਝੀਏ ਇਸ ਗੱਲ ਤੋਂ ਗੁਰੂ ਪਰਿ ਸਹਾ ਸੰਗਤ ਜੀ ਇਤਿਹਾਸ ਪੰਥ ਦਾ ਹੈ ਇਤਿਹਾਸ ਟਕਸਾਲ ਦਾ ਨਹੀਂ ਇਕੱਲੀ ਦਾ ਸਮੁੱਚੀ ਪੰਥ ਦਾ ਇਤਿਹਾਸ ਹੈ ਜਿਹਨੂੰ ਇਹ ਟਾਰਗੇਟ ਕਰ ਰਿਹਾ ਤੇ ਅੱਜ ਰੱਦ ਕਰ ਰਿਹਾ ਹੈ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਮਰਸਰ ਸਾਹਿਬ ਦੇ ਚ ਉਹ ਸਰੋਵਰ ਉਹ ਟਕਸਾਲ ਦਾ ਕਿ ਸਮੁੱਚੇ ਪੰਥ ਦਾ ਹੈ ਭਲਾ ਜਿਹਨੂੰ ਇਹ ਟਿਚਰ ਕਰਦਾ ਪਿਆ ਸ੍ਰੀ ਅਕਾਲ ਤਖਸਾਲ ਸਾਹਿਬ ਪੰਥ ਦਾ ਹੈ ਕਿ ਟਕਸਾਲ ਦਾ ਇਕਲੀ ਦਾ ਮੇਰੀ ਪੀੜੇ ਦਾ ਸਿਧਾਂਤ ਟਕਸਾਲ ਦਾ ਹੈ ਕਿ ਸਾਰੇ ਪੰਥ ਦਾ ਭਲਾ ਜਿਹਨੂੰ ਇਹ ਟਾਰਗੇਟ ਕਰ ਰਿਹਾ ਅੱਜ ਹੇਟ ਅੱਜ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਭਲਾ ਇਹ ਗੱਲ ਗੁਰਤੇਜ ਸਿੰਘ ਨੂੰ ਤੇ ਗੁਰਦਵ ਸਿੰਘ ਸਿੰਘ ਢਿੱਲੋਂ ਨੂੰ ਪਤਾ ਨਹੀਂ ਭਲਾ ਇਹਨਾਂ ਨੂੰ ਪੁੱਛੋ ਜਾ ਕੇ ਸਦਾਰ ਜਸਪਾਲ ਸੋਹਣਾ ਨੂੰ ਵੀ ਬੇਨਤੀ ਕਰਿਓ ਸਦਾਰ ਮਨਜੀਤ ਸਿੰਘ ਨੂੰ ਵੀ ਬੇਨਤੀ ਕਰਿਓ ਜਿੱਥੇ ਇਹਨਾਂ ਨੇ ਇਹ ਢੱਡਰੀਆਂ ਵਾਲੇ ਦਾ ਪੱਖ ਪੂਰਿਆ ਨਾ ਉਥੇ ਨਾਲ-ਨਾਲ ਇਹਨਾਂ ਨੇ ਇੱਕ ਹਲਕੀ ਜਿਹੀ ਇੱਕ ਧਮਕੀ ਵੀ ਦਿੱਤੀ ਹੈ ਉਹ ਧਮਕੀ ਦਿੰਦਿਆਂ ਇਹਨਾਂ ਨੇ ਕਿਹਾ ਕਿ ਅੱਜ ਤੁਹਾਡੇ ਤੋਂ ਕੋਈ ਨਹੀਂ ਡਰਦਾ ਅਨੇਕਾਂ ਸਿੱਖਾਂ ਨੇ ਸ਼ਹਾਤਾਂ ਦੇਤੀਆਂ ਉਹ ਡਰੇ ਨਹੀਂ ਅਨੇਕਾਂ ਇਸਾਈਆਂ ਨੇ ਵੀ ਸ਼ਹਾਤਾਂ ਦੇਤੀਆਂ ਉਹ ਵੀ ਨਹੀਂ ਡਰੇ ਮੁਸਲਮਾਨਾਂ ਤੇ ਵੀ ਰੋਜ਼ ਨਿਤ ਇਤਿਆਚਾਰ ਹੁੰਦੇ ਨੇ ਤੇ ਉਹ ਵੀ ਨਹੀਂ ਡਰਦੇ ਪਏ ਹਾਂ ਅਖੇ ਜੀ ਢੱਡਰੀਆਂ ਵਾਲਿਆਂ ਨੂੰ ਤੁਸੀਂ ਜਿਹੜੇ ਧਮਕੀਆਂ ਦਿੰਦੇ ਹੋ ਨਾ ਬੋਰੀ ਚ ਪਾ ਕੇ ਕੁੱਟਣ ਦੀਆਂ ਤੇ ਹੋਰ ਸਾਰੀਆਂ ਧਮਕੀਆਂ ਜਿਹੜੀਆਂ ਇਹਨਾਂ ਤੋਂ ਢੱਡਰੀਆਂ ਵਾਲਿਆਂ ਡਰਨ ਵਾਲਾ ਨਹੀਂ ਤੇ ਨਾ ਹੀ ਕਹਿੰਦੇ ਤੁਸੀਂ ਇਹ ਜਿਹੇ ਡਰਾਵੇ ਦਿਓ ਕਿਉਂਕਿ ਸਿੱਖੀ ਦਾ ਸਿਧਾਂਤ ਨਹੀਂਗਾ ਇਨਨ ਅਸੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪੰਗਤੀ ਪੜ੍ਹੀ ਭੈ ਕਾ ਹਉ ਕੋ ਦੇਤ ਨਹਿ ਨੈ ਪਹਿਮਾਨਤ ਆਨ ਇਹ ਗੁਰਤੇਜ ਸਿੰਘ ਦੇ ਮੂੰਹੋਂ ਅਖਰ ਨਿਕਲੇ ਸੀ ਸਰਦਾਰ ਗੁਰਤੇਜ ਸਿੰਘ ਤੁਸੀਂ ਤਾਂ ਬਹੁਤ ਚੰਗੇ ਇਤਿਹਾਸਕਾਰ ਵੀ ਹੋ ਤੁਸੀਂ ਤਾਂ ਬਹੁਤ ਪੜ੍ਹੇ ਲਿਖੇ ਹੋ ਤੁਹਾਨੂੰ ਤਾਂ ਸਾਰੇ ਇਤਿਹਾਸ ਦਾ ਪਤਾ ਹੈ ਪਰ ਤੁਹਾਨੂੰ ਆ ਪੰਗਤੀ ਦਿੰਦਿਆਂ ਦਿੰਦਿਆਂ ਤੁਹਾਨੂੰ ਇਹ ਵਿਸਰ ਗਿਆ ਕਿ ਭਾਈ ਸਾਹਿਬ ਨੰਦ ਲਾਲ ਜੀ ਨੇ ਜੋ ਆਪਣੇ ਤਨਖਾਹਨਾਮੇ ਦੇ ਵਿੱਚ 36ਵੇਂ ਪਦੇ ਦੇ ਵਿੱਚ ਜੋ ਬੇਨਤੀ ਕੀਤੀ ਹੈ ਗੁਰ ਕੀ ਨਿੰਦਾ ਸੁਨੇ ਨ ਕਾਨ ਭੇਟ ਕਰੋ ਤੇ ਸੰਕਰਪਾਨ ਇਹਦੀ ਕੀ ਹਾਮੀ ਹੈ ਜੋ ਟੜਰੀਆਂ ਵਾਲਾ ਬੋਲ ਰਿਹਾ ਹੈ ਇਹ ਦੋ ਟੜਿਆਂ ਦੀ ਲੜਾਈ ਹੈ ਕਿ ਪੰਥ ਦੀਆਂ ਰਵੈਤਾਂ ਦੀ ਨਿੰਦਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੰਦਿਆ ਹੈ ਸ਼ਹੀਦਾਂ ਦੀ ਨਿੰਦਿਆ ਹੈ ਸੋ ਭਾਈ ਇਸ ਗੱਲ ਨੂੰ ਸਮੁੱਚੀ ਕੌਮ ਨੂੰ ਸਮਝਣ ਦੀ ਲੋੜ ਹੈ ਕਿ ਇਹਨਾਂ ਚਾਰਾਂ ਬੰਦਿਆਂ ਨੇ ਰਲ ਕੇ ਜੋ ਇਹ ਉੱਥੇ ਬੈਠ ਕੇ ਜੋ ਕੂੜ ਪ੍ਰਚਾਰ ਕੀਤਾ ਇਸ ਤੋਂ ਬਿਲਕੁਲ ਸੁਚੇਤ ਹੋਣ ਦੀ ਲੋੜ ਹੈ ਇਹਨਾਂ ਨੇ ਆਪਣੇ ਆਪ ਨੂੰ ਇੱਕ ਤਰ੍ਹਾਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਬਰਾਬਰ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨੇ ਇਹ ਵੀ ਕਿਹਾ ਕੇ ਜੀ ਅਕਾਲ ਤਖਸਾਲ ਸਾਹਿਬ ਨੇ ਪੰਜ ਮੈਂਬਰੀ ਕਮੇਟੀ ਬਣਾਈ ਹੈ ਨਾਲ ਹੀ ਢੱਡਰੀਆਂ ਵਾਲਾ ਵੀ ਆਪਣੇ ਪੰਜ ਮੈਂਬਰਾਂ ਦੀ ਕਮੇਟੀ ਬਣ ਜੇ ਭਾਵੇਂ ਸਾਨੂੰ ਵਿੱਚ ਨਾਲ ਪਾ ਲਵੇ ਤੇ ਅਸੀਂ ਜਾ ਕੇ ਉਹਨਾਂ ਨਾਲ ਵਿਚਾਰ ਕਰੀਏ ਕਿਉਂ ਤੁਸ ਤੁਹਾਡੀ ਕੀ ਇਹਾਮियत ਹੈ ਭਾਈ ਥੋੜੀ ਇਹਾਮियत ਇਹ ਵੀ ਪੰਥ ਦੇ ਵਿੱਚ ਖਲਾਰਾ ਪਾਈਏ ਹੋਰ ਰਲ ਕੇ ਅਸੀਂ ਇਹ ਇਸ ਵੇਲੇ ਕੌਮ ਤੇ ਦਰਪੇਸ਼ ਬਹੁਤ ਹੀ ਸੰਜੀਦਾ ਮਸਲਾ ਹੈ ਸਾਨੂੰ ਸਾਰਿਆਂ ਨੂੰ ਅੱਜ ਬਹੁਤ ਹੀ ਸੁਚੇਤ ਰਹਿਣ ਦੀ ਲੋੜ ਹੈ ਮੈਂ ਇਹ ਸਮੁੱਚੇ ਦਲਾ ਪੰਥਾਂ ਨੂੰ ਤਕਸਾਲ ਦੇ ਮੁਖੀ ਨੂੰ ਹੋਰ ਸਾਰਿਆਂ ਨੂੰ ਜਿੰਨੇ ਵੀ ਪ੍ਰਚਾਰਕ ਨੇ ਬੇਨਤੀ ਕਰਦਾ ਕਿ ਜਿੱਥੇ ਭਾਈ ਅਮਰੀਕ ਸਿੰਘ ਜੀ ਅਜਨਾਲੇ ਵਾਲਿਆਂ ਨੇ ਜੋ ਇਸ ਨਿੰਦਿਆ ਨੂੰ ਨਾ ਸਹਾਰਦਿਆਂ ਹੋਇਆਂ ਢੱਡਰੀਆਂ ਵਾਲੇ ਦੇ ਲੱਗਣ ਵਾਲੇ ਜੋ ਦੀਵਾਨ ਨੇ ਅਖਾੜੇ ਨੇ ਜੋ ਵੀ ਸਿੰਘ ਨੂੰ ਮੰਨਦੇ ਨੇ ਉਹਦਾ ਵਿਰੋਧ ਕਰਨ ਵਾਲਾ ਜੋ ਇਹਨਾਂ ਨੇ ਪਹਿਲ ਕਦਮੀ ਕੀਤੀ ਹੈ ਉਹਦੇ ਨਾਲ ਉਹਨਾਂ ਦਾ ਸਾਥ ਦੇਣ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾਉਣ ਇਹ ਜ਼ਰੂਰੀ ਕਿਉਂ ਹੈ ਇਹ ਜ਼ਰੂਰੀ ਇਸ ਕਰਕੇ ਹੈ ਕਿ ਜਿੰਨੀਆਂ ਵੀ ਪੰਥ ਵਿਰੋਧੀ ਸ਼ਕਤੀਆਂ ਨੇ ਅੱਜ ਭਾਵੇਂ ਮੈਂ ਤੁਹਾਨੂੰ ਅੱਜ ਤਿੰਨ ਬੰਦੋ ਦੋ ਬੰਦਿਆਂ ਦੇ ਨਾਂ ਦੱਸੇ ਨੇ ਗੁਰਤੇਜ ਸਿੰਘ ਆਈਐਸ ਤੇ ਗੁਰਦਰ ਸਿੰਘ ਢਿੱਲੋਂ ਤੇ ਇਹਨਾਂ ਦੇ ਨਾਲ ਜੋ ਸ਼ਿਵ ਸੈਨਾ ਹੋ ਗਈ 올 ਇੰਡੀਆ ਕਾਂਗਰਸ ਕਮੇਟੀ ਦਾ ਇਹ ਬਿੱਟੂ ਹੋ ਗਿਆ ਦਸਮ ਗ੍ਰੰਥ ਦੇ ਵਿਰੋਧ ਵਾਲੀ ਜਿੰਨੀ ਲੌਬੀ ਹੋ ਗਈ ਭਾਵੇਂ ਉਹਦੇ ਵਿੱਚ ਧੁੰਦਾ ਆ ਗਿਆ ਭਾਵੇਂ ਪੰਥਪ੍ਰਿਤ ਆ ਗਿਆ ਭਾਵੇਂ ਉਹਦੇ ਵਿੱਚ ਮਾਝੀ ਆ ਗਿਆ ਭਾਵੇਂ ਟਪਾਲੀ ਆ ਗਿਆ ਇਹ ਸਾਰੇ ਜਾਣੇ ਜਿੰਨੇ ਮਿਸ਼ਨਰੀ ਲਾਣਾ ਸਾਰਾ ਇਹ ਸਾਰੇ ਇਕੱਠੇ ਹੋਏ ਹੋਏ ਤੇ ਅੱਜ ਆਪਾਂ ਨੂੰ ਬਹੁਤ ਜ਼ਰੂਰੀ ਹੈ ਕਿ ਆਪਾਂ ਇਕੱਠੇ ਹੋ ਕੇ ਆਪਣੀ ਏਕਤਾ ਦਾ ਸਬੂਤ ਦਈਏ ਜੋ ਪੰਥ ਨੂੰ ਆਪਾਂ ਜੋ ਸਾਡੇ ਪੰਥ ਨੂੰ ਅੱਜ ਚੁਣੌਤੀਆਂ ਨੇ ਉਹਦੇ ਖਿਲਾਫ ਆਪਾਂ ਸਾਰੇ ਇੱਕ ਮੁਸਤਫਾ ਦਾ ਸਬੂਤ ਦਈਏ ਇਹ ਬਹੁਤ ਜ਼ਰੂਰੀ ਹੈ ਅੱਜ ਇਹ ਪੰਥ ਦੀਆਂ ਰਵੈਤਾਂ ਨੂੰ ਸਿੱਧੀ ਜੋ ਚੁਣੌਤੀ ਹੈ ਇਹਦਾ ਸਾਡਾ ਕੋਈ ਟਰਟੀਆਂ ਵਾਲੇ ਨਾਲ ਵਟ ਦਾ ਰੋਲਾ ਨਹੀਂਗਾ ਸਾਨੂੰ ਤਾਂ ਕਰਕੇ ਅੱਜ ਬਹੁਤ ਹੀ ਸਾਵਧਾਨਤਾ ਦੇ ਨਾਲ ਆਪਾਂ ਨੂੰ ਇਕੱਠੇ ਹੋ ਕੇ ਤੁਰਨ ਦੀ ਲੋੜ ਹੈ ਇੱਕ ਧਾਰਮਿਕ ਮਸਲਾ ਹੈ ਇਹ ਰਾਜਨੀਤਿਕ ਮਸਲਾ ਨਹੀਂ ਗਾ ਇਹ ਕੋਈ ਬੁੱਧੀਜੀਵੀ ਦਾ ਮਸਲਾ ਨਹੀਂ ਗਾ ਤਾਂ ਕਰਕੇ ਅੱਜ ਜੇ ਆਪਾਂ ਸੰਜੀਦਗੀ ਦੇ ਨਾਲ ਇਸ ਪਾਸੇ ਨੂੰ ਨਾ ਧਿਆਨ ਦਿੱਤਾ ਤਾਂ ਮੈਂ ਸਮਝਦਾ ਕਿ ਸਿੱਖਾਂ ਦੀ ਸਿੱਖੀ ਦੀ ਜੋ ਹੋਂਦ ਹੈ ਅੱਜ ਉਹਨੂੰ ਖਤਰਾ ਹੈ ਅੱਜ ਹਰਿਮੰਦਰ ਸਾਹਿਬ ਨੂੰ ਖਤਰਾ ਹੈ ਅੱਜ ਸ੍ਰੀ ਅਕਾਲ ਤਖਤ ਸਾਹਿਬ ਨੂੰ ਖਤਰਾ ਹੈ ਅੱਜ ਮੀਰੀ ਪੀਰੀ ਦੇ ਉਸ ਸਿਧਾਂਤ ਨੂੰ ਖਤਰਾ ਹੈ ਜੋ ਮੈਨੂੰ ਨਹੀਂ ਲੱਗਦਾ ਅੱਜ ਤੋਂ ਪਹਿਲਾਂ ਸਿੱਖ ਇਤਿਹਾਸ ਦੇ ਵਿੱਚ ਕਦੇ ਵੀ ਇੰਨਾ ਕੋਈ ਗੰਭੀਰ ਸਾਨੂੰ ਚੁਣੌਤੀ ਕਿਤੇ ਆਈ ਹੋਵੇ। ਇੰਨੀ ਗੱਲ ਮੈਂ ਤੁਹਾਡੇ ਨਾਲ ਜੋ ਸਾਂਝੀਆਂ ਕੀਤੀਆਂ ਨੇ ਇਹ ਕਰਦੇ ਕਰਦੇ ਮੇਰੇ ਮਨ ਦੇ ਵਿੱਚ ਇੱਕ ਇਹ ਘਟਨਾ ਇਤਿਹਾਸ ਦੀ ਸਾਹਮਣੇ ਆਈ ਹੈ। ਉਸ ਤੋਂ ਬਾਅਦ ਮੈਂ ਆਪਣੀ ਬੇਨਤੀ ਨੂੰ ਸੰਕੋਚਨ ਦੀ ਕੋਸ਼ਿਸ਼ ਕਰੂੰਗਾ। ਜੋ 1762 ਈਸਵੀ ਵਿੱਚ 5 ਫਰਵਰੀ ਨੂੰ ਵਾਪਰਿਆ ਵੱਡਾ ਕੱਲੂ ਘਾਰਾ ਉਹਦੀ ਮੈਨੂੰ ਇੱਕ ਘਟਨਾ ਯਾਦ ਆਈ। ਉਸ ਇਤਿਹਾਸ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਜੋ ਸਿੱਖਾਂ ਜੋ ਸੂਰਮਿਆਂ ਦੀ ਜੋ ਫੌਜ ਸੀ ਇਹਨਾਂ ਨੇ ਜੰਡੇਆਲੇ ਤੋਂ ਜੋ ਪੱਛਮ ਵਾਲ ਨੂੰ ਤੇ ਗਾਂ ਦੱਖਣ ਵਾਲ ਨੂੰ ਉਹਨਾਂ ਨੇ ਕੂਚ ਕੀਤਾ ਨਾਲ ਵਹੀਰ ਸੀ ਕੋਪਰੇੜੀ ਤੇ ਆ ਕੇ ਤੇ ਇਹਨਾਂ ਤੇ ਹਮਲਾ ਹੋਇਆ ਅਬਦਾਲੀ ਦੀਆਂ ਫੌਜਾਂ ਨੇ ਮਲੇਰ ਕੋਟਲੇ ਦੇ ਨਵਾਬ ਨੇ ਸਰੰਦ ਦੇ ਨੇ ਸਾਰਿਆਂ ਨੇ ਰਲ ਕੇ ਹਮਲਾ ਕੀਤਾ ਤੇ ਇਹਨਾਂ ਸਿੱਖਾਂ ਸਰਦਾਰਾਂ ਨੇ ਉਦੋਂ ਇਹ ਫੈਸਲਾ ਲਿਆ ਕਿ ਅਸੀਂ ਬਰਨਾਲੇ ਵੱਲ ਨੂੰ ਤੁਰੀਏ ਲੜ ਲੜ ਤੋੜੋ ਤੁਰ ਤੁਰ ਲੜੋ ਵਾਲਾ ਜੋ ਸਰਦਾਰ ਸੁਲਤਾਨੁਲ ਕੌਮ ਜਸਾ ਸਿੰਘ ਅਲੂ ਵਾਲੀਆ ਜੀ ਨੇ ਜੋ ਉਦੋਂ ਇਹ ਇੱਕ ਹੁਕਮ ਕੀਤਾ ਸੀ ਕੌਮ ਨੂੰ ਸਮੁੱਚੇ ਸੰਪੰਥ ਨੂੰ ਕਿ ਤੁਸੀਂ ਇਕੱਠੇ ਹੋ ਕੇ ਤੁਰੋ ਤੇ ਉਸ ਪਾਸੇ ਨੂੰ ਬਰਨਾਲੇ ਵੱਲ ਨੂੰ ਆਪਾਂ ਜਾਣਾ ਉਹਨਾਂ ਬਰਨਾਲਾ ਇਸ ਕਰਕੇ ਚੁਣਿਆ ਸੀ ਕਿਉਂਕਿ ਉਹਨਾਂ ਨੂੰ ਆਸ ਸੀ ਕਿ ਬਰਨਾਲੇ ਦੇ ਵਿੱਚ ਬਾਬਾ ਆਲਾ ਸਿੰਘ ਉਹਦੀ ਰਿਆਸਤ ਹੈ ਉਹ ਸਾਡੀ ਮਦਦ ਕਰੂਗਾ ਪਰ ਹੋਇਆ ਕੀ ਬਾਬਾ ਆਲਾ ਸਿੰਘ ਪਿੱਠ ਦਿਖਾ ਗਿਆ ਬਰਨਾਲਿਓਂ ਭੱਜ ਗਿਆ ਤੇ ਸਿੱਖਾਂ ਨੂੰ ਸਾਰਿਆਂ ਸ਼ੂਰਮਿਆਂ ਨੂੰ ਅਫਦਾਲੀ ਦਾ ਮੁਕਾਬਲਾ ਇਸ ਕਰਕੇ ਜਿਆਦਾ ਜ਼ਰੂਰੀ ਜ਼ਬਰਦਸਤੀ ਕਰਨਾ ਪਿਆ ਕਿਉਂਕਿ ਉਹਨਾਂ ਦੀਆਂ ਬੱਚੀਆਂ ਉਹਨਾਂ ਦੀਆਂ ਭੈਣਾਂ ਉਹਨਾਂ ਦੀਆਂ ਮਾਵਾਂ ਉਹਨਾਂ ਦੀਆਂ ਸਿੰਘਣੀਆਂ ਉਹਨਾਂ ਦੇ ਬਜ਼ੁਰਗ ਉਹਨਾਂ ਦੇ ਬੱਚੇ ਉਹਨਾਂ ਨੂੰ ਬਚਾਉਣਾ ਬਹੁਤ ਲਾਜ਼ਮੀ ਸੀ ਜੇ ਕਿਤੇ ਬਾਬਾ ਆਲਾ ਸਿੰਘ ਆਪਣੀ ਫੌਜਾਂ ਨੂੰ ਭੇਜ ਕੇ ਇਹਨਾਂ ਵਹੀਰ ਨੂੰ ਬਚਾ ਲੈਂਦਾ ਤੇ ਸਿੰਘਾਂਦ ਕੋਲੇ ਇੰਨੀ ਸ਼ਕਤੀ ਸੀ ਕਿ ਉਹ ਅਬਦਾਲੀ ਦੀਆਂ ਫੌਜਾਂ ਨੂੰ ਐਸਾ ਦਿਖਾਉਂਦੇ ਸਵਾਦ ਕਿ ਉਹ ਲਾਹੌਰ ਕੀ ਉਹ ਸਿੱਧਾ ਕਾਬਲ ਜਾ ਕੇ ਰੁਕਣਾ ਸੀ ਪਰ ਹੋਇਆ ਕੀ ਹੋਇਆ ਇਹ ਕਿ ਅਬਦਾਲੀ ਨੇ ਵਾਪਸ ਆ ਕੇ ਲਾਹੌਰ ਆ ਕੇ ਉਹਨੇ ਆਲਾਸ ਨੂੰ ਆਪਣੇ ਕੋਲੇ ਸੱਦਿਆ ਆਲਾਸ ਨੂੰ ਉੱਥੇ ਸੱਦ ਕੇ ਉਹਨੂੰ ਹੀਰਿਆਂ ਦਾ ਜੜਿਆ ਹੋਇਆ ਇੱਕ ਸਰੂਪਾ ਦਿੱਤਾ ਤੇ ਨਾਲ ਉਹਨੂੰ ਇਹ ਕਿਹਾ ਕਿ ਤੈਨੂੰ ਮੈਂ ਰਾਜਾ ਥਾਪਿਆ ਬਰਨਾਲੇ ਦਾ ਬਰਨਾਲੇ ਦਾ ਰਾਜਾ ਬਣਨ ਵਾਸਤੇ ਤਾਂ ਬਾਬਾ ਆਲਾ ਸਿੰਘ ਅਬਦਾਲੀ ਦੇ ਨਾਲ ਉਹਨੇ ਰਲ ਗਿਆ ਪਰ ਉਹਨੇ ਸਿੰਘਾਂ ਦੀ ਮਦਦ ਨਹੀਂ ਕੀਤੀ। ਅਗਲਾ ਕੀ ਇਹਦਾ ਨੁਕਸਾਨ ਹੋਇਆ ਕਿ ਅਬਦਾਲੀ ਕਾਬਲ ਨੂੰ ਜਾਣ ਤੋਂ ਪਹਿਲਾਂ ਹਰਮੰਦਰ ਸਾਹਿਬ ਆਇਆ। ਹਰਮੰਦਰ ਸਾਹਿਬ ਦੀਆਂ ਨੀਂਹਾਂ ਵਿੱਚ ਉਹਨੇ ਬਰੂਦ ਭਰਿਆ ਤੇ ਉਹ ਹਰਮੰਦਰ ਸਾਹਿਬ ਦੀ ਇਮਾਰਤ ਜੋ ਕਿਸੇ ਸਮਾਨੇ ਵਿੱਚ ਉਹ ਸ਼ਹੀਦਾਂ ਦੇ ਸਰਤਾਜ ਸਾਤਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਣਾਈ ਸੀ ਉਹ ਉੜਾ ਦਿੱਤੀ ਗਈ। ਸੋ ਗੁਰੂ ਪਰਿ ਸਾਧ ਸੰਗਤ ਜੀਓ ਉਦੋਂ ਸਰਦਾਰ ਜਸਾ ਸਿੰਘ ਆਲੂਵਾਲਜਾ ਜੀ ਸੁਲਤਾਨ ਅਲ ਕਾਮ ਨਾਲ ਜਸਾ ਸਿੰਘ ਰਾਮ ਗੜੀਆ ਨਾਲ ਸਰਦਾਰ ਚੜ੍ਹਤ ਸਿੰਘ ਸ਼ੁਕਰਚਾਕੀਆ ਇਹਨਾਂ ਨੇ ਜਦੋਂ ਰਲ ਕੇ ਕੌਮ ਦੇ ਦੁਸ਼ਮਣਾਂ ਦਾ ਉਦੋਂ ਫੈਸਲਾ ਜੋ ਉਹਨਾਂ ਦਾ ਮੁਕਾਬਲਾ ਕੀਤਾ ਨਾਲ ਉਹਨੂੰ ਇਹ ਵੀ ਗੱਲ ਕਹੀ ਗਈ ਮਿਸਲ ਵੰਡ ਅਬ ਕਬੋ ਨਾ ਪਾਵੋ ਰਲ ਮਿਲ ਖੜ ਤੌਰ ਪੰਥ ਬਚਾਵੋ ਅੱਜ ਉਹੀ ਸਮਾਂ ਆਪਣੇ ਸਾਹਮਣੇ ਫੇਰ ਆ ਗਿਆ ਸੋ ਜੇਕਰ ਜਤਿਹਦਾ ਸਿੰਘ ਸਾਹਿਬ ਬਾਈ ਹਰਪ੍ਰੀਤ ਸਿੰਘ ਜੀ ਕੋ 71 ਤਸਦਨ ਕੌਮ ਦੀ ਪੰਥ ਦੀ ਇਸ ਮਸਲੇ ਤੇ ਤਾਂ ਮੇਰੀ ਇਹ ਬੇਨਤੀ ਹੈ ਕਿ ਟਕਸਾਲ ਸਮੂਹ ਦਲ ਪੰਥ ਸਮੂਹ ਜ਼ਿੰਮੇਵਾਰ ਪ੍ਰਚਾਰਕਾਂ ਨੂੰ ਗੁਰਮਤ ਦੇ ਧਾਰਨੀ ਜੋ ਆਪਣੇ ਬੁੱਧੀਜੀਵੀ ਨੇ ਉਹਨਾਂ ਨੂੰ ਸਾਰੇ ਸੰਪਰਦਾਵਾਂ ਦੇ ਮੁਖੀ ਸਜਣਾਂ ਉੱਥੇ ਜ਼ਰੂਰ ਜਾਣਾ ਚਾਹੀਦਾ ਸੋ ਮੈਂ ਆਸ ਕਰਦਾ ਕਿ ਮਰਦਾਸ ਵੀ ਕਰਦਾ ਹਾਂ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਕਿ ਸਿੰਘ ਸਾਹਿਬ ਭਾਈ ਹਰਪ੍ਰੀਤ ਸਿੰਘ ਹੁਣਾਂ ਦੇ ਜੋ ਇੱਕ ਕਦਮ ਨੇ ਉਹ ਇਸ ਸਮੱਸਿਆ ਦੇ ਹੱਲ ਲੱਭਣ ਵਾਸਤੇ ਜ਼ਰੂਰ ਉਹ ਜੋ ਚੁੱਕਣਗੇ ਉਹ ਸਹੀ ਚੁੱਕਣਗੇ ਮੈਨੂੰ ਉਹਨਾਂ ਤੇ ਪੂਰਾ ਭਰੋਸਾ ਹੈ ਸਾਨੂੰ ਉਹਨਾਂ ਤੇ ਮਾਣ ਹੈ ਪਰ ਇੱਕ ਗੱਲ ਨਾਲ ਇਹ ਵੀ ਹੈ ਕਿ ਬੀਤੇ ਸਮੇਂ ਦੇ ਹੋਏ ਜਥੇਦਾਰਾਂ ਦੀ ਕਾਰਗੁਜ਼ਾਰੀ ਨੂੰ ਦੇਖ ਕੇ ਮਨ ਵਿੱਚ ਇੱਕ ਡਰ ਜਿਹਾ ਵੀ ਹੈ ਤੇ ਇਹ ਕਹਿਣ ਲਈ ਮੈਂ ਮਜਬੂਰ ਹੋ ਰਿਹਾ ਕਿ ਜੇ ਕੋਈ ਵੀ ਫੈਸਲਾ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਲਿਆ ਗਿਆ ਤੇ ਉਹ ਸਾਨੂੰ ਪ੍ਰਵਾਨ ਨਹੀਂ ਚ ਹੋਣਾ ਉਸ ਹਾਲਤ ਵਿੱਚ ਕੌਮ ਆਪਣੇ ਭਵਿੱਖ ਦਾ ਫੈਸਲਾ ਆਪ ਕਰ ਸਕਦੀ ਹੈ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਬੇਨਤੀਆਂ ਦੀ ਸਾਂਝ ਪਾਉਂਦੇ ਆ ਬੇਨਤ ਹੋਈਆਂ ਬੁੱਲਾਂ ਦੀ ਖਿਮਾ ਦੀ ਜਾਂਚਣਾ ਹੈ ਹਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ